ਈਸ਼ੂ ਬਾਈ ਜੀ ਕੁਛ ਨੀ ਹੋਇਆ, ਮੈਂ ਗੱਡੀ ਦੇ ਵਿੱਚ ਬੈਠਾ, ਮੈਂ ਵੀ ਐਂ ਕਰਕੇ ਗੱਡੀ ਚੱਕ ਕੇ ਲੈ ਜਾਂਦੇ ਆ, ਗੱਲ ਕਰ ਲੈਂਦੇ ਬਾਈ ਤੁਹਾਨੂੰ ਵੀ ਦੇਖਾ। ਅੱਛਾ ਜੀ, ਮੈਂ ਗੱਡੀ ਚੱਕ ਕੇ ਲੈ ਜਾਂਦੇ ਆ, ਮਗਰ ਮੇਰਾ ਰਿਸ਼ਤੇਦਾਰ ਆ ਗਿਆ, ਉਹਨੇ ਅੱਗੇ ਹਾਰਨ ਮਾਰ ਮਤਲਬ ਪ੍ਰਾਹੁਣਾ ਆਇਆ ਸੀ, ਮੈਂ ਉੱਤਰ ਕੇ ਨੂੰ ਹੈਲੋ ਕਰ ਲਈ, ਮੈਂ ਉੱਤਰ ਕੇ ਇਕੱਲੀ ਹੈਲੋ ਕਰੀ ਆ, ਇੱਥੇ ਕੁੜੀ ਨੇ ਉਹ ਲਾਉਣ ਲੱਗ ਗਈ, ਮੈਂ ਉਹਨੂੰ ਆਵਾਜ਼ ਮਾਰਤੀ, ਮੈਂ ਮੇਰੀ ਗੱਡੀ ਆ ਮੈਂ ਖੜਾ, ਇੰਨੇ ਟਾਈਮ 'ਚ ਨਾ ਅੱਗੇ ਲੋਕ ਕਰਕੇ ਗੱਡੀ ਚੱਕ ਕੇ ਲੈ ਕੇ ਨਹੀਂ, ਲੋਕ ਲਗਾ ਗੱਡੀ ਨੂੰ, ਇੱਕ ਸਕਿੰਟ ਵੀ ਨਹੀਂ ਹੋਇਆ ਸੀ, ਇੱਕ ਸੈਕਿੰਡ ਤੋਂ ਵੱਧ ਟਾਈਮ ਹੋਇਆ ਨਹੀਂ ਸੀ ਗੱਡੀ ਦੇ ਵਿੱਚ ਖੜੇ ਨੂੰ। ਮੈਂ ਦੱਸ ਕੇ ਨਹੀਂ, ਇੱਕ ਸੈਕਿੰਡ ਵੀ ਨਹੀਂ ਸੀ ਹੋਇਆ ਗੱਡੀ ਦੇ ਵਿੱਚ, ਮੈਨੂੰ ਉੱਤਰ ਕੇ ਗਈ ਇੱਕ ਸੈਕਿੰਡ ਵੀ, ਫਿਰ ਇਹਨਾਂ ਨੇ ਮੇਰੀ ਗੱਡੀ ਦੇ ਉੱਤੇ ਜਦੋਂ ਲੋਕ ਲਾਇਆ ਸਕਰੈਚ ਪਾਇਆ, ਐਡਾ ਵੱਡਾ ਸਕਰੈਚ ਪਾਇਆ ਇਹਨੂੰ, ਮੈਂ ਕਿਹਾ ਮੇਰਾ ਗੱਡੀ ਦਾ ਸਕਰੈਚ ਲੋਡ ਕਰ ਦੂੰ, ਮੈਂ ਤਾਂ ਗਲਤ ਸੀ, ਮੈਂ ਤਾਂ ਫਾਈਨ ਦਿੱਤਾ, ਹੁਣ ਤਾਂ ਮੈਂ ਗੱਡੀ ਸਾਹਿਬ ਲੋਡ ਕਰਾ ਕੇ ਹੁੰਦੇ ਆ, ਫਾਈਨ ਮੈਂ ਦਿੱਤਾ। ਕਿੰਨੇ ਰੁਪਏ ਦਿੱਤੇ? 500 ਰੁਪਏ ਦਿੱਤਾ ਜੀ। ਜੀ ਦੇਖੋ, ਸਾਰਿਆਂ ਨੂੰ ਪਤਾ ਹੈਗਾ ਵੀ ਪਿਛਲਾ 1 ਸਾਲ ਹੋ ਗਿਆ ਸਾਨੂੰ ਐਜੀਟੇਸ਼ਨਾਂ ਕਰਦੇ ਨੂੰ, ਜਿਹੜਾ ਪਾਰਕਿੰਗ ਦਾ ਠੇਕੇਦਾਰ ਹੈ ਉਹਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਅਤੇ ਨਗਰ ਨਿਗਮ ਦਾ ਜਿਹੜੀ ਟ੍ਰੈਫਿਕ ਵਿਵਸਥਾ ਸੁਧਾਰ ਦੇ ਨਾਮ 'ਤੇ ਉੱਤੇ ਜਿਹੜੀ ਇਹਨਾਂ ਨੇ ਨੀਤੀ ਬਣਾ ਕੇ ਦਿੱਤੀ ਹੈ ਉਹ ਜਮ੍ਹਾਂ ਗਲਤ ਹੈ, ਉਹ ਗਲਤ ਨੀਤੀ ਦੇ ਕਾਰਨ ਸਾਡੀ ਲੋਕਾਂ ਦੀ ਲੁੱਟ ਹੋ ਰਹੀ ਹੈ, ਅਤੇ ਨਗਰ ਨਿਗਮ ਪ੍ਰਸ਼ਾਸਨ ਇੰਨੀਆਂ ਜ਼ਿਆਦਾ ਕਮੀਆਂ ਹੋਣ ਦੇ ਬਾਵਜੂਦ ਵੀ ਉਸ ਠੇਕੇਦਾਰ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਿਹਾ, ਉਹਦੇ ਨਾਲ ਪੂਰੀ ਤਰ੍ਹਾਂ ਨਾਲ ਮਿਲਿਆ ਹੋਇਆ ਹੈਗਾ, ਲੋਕਾਂ ਦੇ ਰੋਜ਼ ਲੜਾਈ ਝਗੜੇ ਹੋ ਰਹੇ ਆ, ਇਕੱਲੀਆਂ ਕਾਰਾਂ ਨੂੰ ਟੋਅ ਕਰਦੇ, ਹੋਰ ਕਿਸੇ ਵਹੀਕਲ ਨੂੰ ਇਹ ਟੋਅ ਨਹੀਂ ਕਰਦੇ, ਜਿਹੜਾ ਟੋਅ ਵੀ ਕਰਦੇ ਉਹਦੇ ਵਿੱਚ ਵੀ ਪੂਰੀ ਧੱਕੇਸ਼ਾਹੀ ਹੁੰਦੀ ਹੈ, ਬੰਦਾ ਕੋਲ ਖੜਿਆ ਹੁੰਦਾ ਜਾਂ ਕਿਸੇ ਦੁਕਾਨ ਦੇ ਵਿੱਚ ਜੇ ਉਹਨੇ ਪੈਸੇ ਵੀ ਦੇ ਕੇ ਆਉਣੇ ਆ ਜਾਂ ਸਮਾਨ ਚੱਕ ਕੇ ਲਿਆਉਣਾ ਹੈਗਾ, 1-1.5 ਮਿੰਟ ਦਾ ਕੰਮ ਵੀ ਹੈਗਾ, ਉਹਦੀ ਗੱਡੀ ਇਹ ਧੱਕੇ ਨਾਲ ਟੋਅ ਕਰ ਲੈਂਦੇ ਸੀਗੇ, ਅਤੇ ਉਹਦੇ ਨਾਲ ਮਤਲਬ ਲੜਾਈ ਝਗੜਾ ਜਿਹੜਾ ਇਹ ਰੋਜ਼ ਦਾ ਇੱਥੇ ਕਲੇਸ਼ ਹੋ ਰਿਹਾ ਹੈਗਾ। ਜੁਰਮਾਨਾ ਕਿੰਨਾ ਵਸੂਲਿਆ ਜਾਂਦਾ? ਜੁਰਮਾਨਾ ਜੀ ਕਈ ਵਾਰੀ ਮੌਕੇ ਤੋਂ 500 ਰੁਪਏ ਲੈਂਦੇ, ਜੇ ਗੱਡੀ ਟੋਅ ਕਰਕੇ ਲਾਈਏ ਤਾਂ ਉਹਦਾ 800 ਰੁਪਏ ਦਾ ਚਲਾਨ ਕੱਟਦੇ ਹੈਗੇ ਆ। ਪਾਰਕਿੰਗ ਰੇਟ ਕੀ ਹੈ ਵੈਸੇ ਉੱਥੇ ਅੰਦਰ? ਪਾਰਕਿੰਗ ਦੇ ਰੇਟ ਘੰਟਿਆਂ ਦੇ ਹਿਸਾਬ ਨਾਲ ਹੈ ਜੀ, 15 ਰੁਪਏ ਘੰਟਾ ਲੈਂਦੇ, ਜਿਹੜਾ ਉਹ ਵੀ ਬਹੁਤ ਜ਼ਿਆਦਾ ਨਜਾਇਜ਼ ਹੈ ਜੀ। ਅਸੀਂ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਗਏ ਹੈਗੇ ਹਾਂ, ਦਿੱਲੀ ਵਗੈਰਾ ਵੀ ਦੇਖਿਆ, ਲੁਧਿਆਣੇ ਵੀ ਜਿਹੜੀ ਮੇਨ ਐਡੀ ਵੱਡੀ ਮਾਰਕੀਟ ਹੈ ਉੱਥੇ ਵੀ ਜਿਹੜੇ ਰੇਟ ਹੈਗੇ ਉਹਨਾਂ ਦੇ ਬੜੇ ਮਿਨੀਮਮ ਜੇ ਰੇਟ ਹੈਗੇ, ਜੇ ਪੂਰਾ ਦਿਨ ਵੀ ਗੱਡੀ ਖੜਾਈ ਰੱਖੋ 30-40 ਰੁਪਏ ਲੈਂਦੇ ਜੀ ਪੂਰੇ ਦਿਨ ਦੇ ਦਿੱਲੀ ਵਗੈਰਾ ਦੇ ਵਿੱਚ। ਜਿਹੜਾ ਜੀ ਇੱਥੇ ਸਾਡੇ ਨਾਲ ਧੱਕਾ ਹੁੰਦਾ ਪਿਆ ਹੈਗਾ, ਜੇ ਕੋਈ ਬੰਦਾ ਗੱਡੀ ਦੇ ਕੋਲ ਹੁੰਦਾ ਉਹਦੀ ਗੱਡੀ ਚੱਕ ਲੈਂਦੇ ਜੀ, ਗੁੰਡਾਗਰਦੀ ਕਰਦੇ, ਜੇ ਕੋਈ ਬੰਦਾ ਵਿਰੋਧ ਕਰਦਾ ਵੀ ਮੈਂ ਕੋਲ ਹੀ ਸੀਗਾ ਯਾਰ, ਮੈਂ ਪਰਚੀ ਕਾਹਦੀ ਕਟਾਵਾਂ, ਤੁਸੀਂ ਮੈਨੂੰ ਦੱਸ ਦਿੰਦੇ, ਤਾਂ ਉੱਥੇ ਫਿਰ ਇਹ ਕੀ ਕਰਦੇ ਜੀ, ਆਪਦੀਆਂ ਦੂਜੀਆਂ ਟੀਮਾਂ ਵੀ ਭੇਜ ਦਿੰਦੇ ਹੈਗੇ ਜਿਹੜੇ ਪ੍ਰਾਈਵੇਟ ਠੇਕੇਦਾਰ ਹੈ, ਉੱਥੇ ਪੂਰਾ ਗੁੰਡਾਗਰਦੀ ਦਾ ਆਲਮ ਚੱਲਦਾ ਹੈਗਾ ਜੀ, ਰੋਜ਼ ਡਿਮਾਂਡ ਸਾਡੀ ਇੱਕੋ ਹੀ ਹੈ ਜੀ, ਇਹਦੀਆਂ ਟੋਅ ਵੈਨਾਂ ਬੰਦ ਕੀਤੀਆਂ ਜਾਂਦੀਆਂ। ਦੇਖੋ ਪਹਿਲਾਂ ਬਠਿੰਡੇ ਦੇ ਵਿੱਚ 2012 ਤੋਂ ਟ੍ਰੈਫਿਕ ਪੁਲਿਸ ਚਲਾਉਂਦੀ ਸੀ, ASI ਲੈਵਲ ਦਾ ਜਿਹੜਾ ਥਾਣੇਦਾਰ ਸਾਹਿਬ ਹੁੰਦੇ ਸੀਗੇ ਉਹਦਾ ਚਲਾਨ ਕੱਟਦੇ ਸੀਗੇ, ਦਿੰਦੇ ਉਹ ਵੀ ਠੇਕੇ ਦੇ ਸੀਗੇ, ਲੇਕਿਨ ਜਦੋਂ ਇੱਕ ਜ਼ਿੰਮੇਵਾਰੀ ਇੱਕ ਸਰਕਾਰੀ ਬੰਦੇ ਕੋਲ ਹੋਵੇ ਤਾਂ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਕਿਤੇ ਗੜਬੜ ਕੀਤੀ ਤਾਂ ਮੇਰੀ ਨੌਕਰੀ ਚਲੀ ਜਾਊਗੀ, ਅਤੇ ਇਸ ਕਰਕੇ ਉਹ ਗੜਬੜ ਨਹੀਂ ਹੁੰਦੀ ਸੀ। ਜੇ ਕੋਈ ਗੱਡੀ ਮਾੜੀ ਮੋਟੀ ਪੀਲੀ ਲੈਣ 'ਚੋਂ ਬਾਹਰ ਹੁੰਦੀ ਸੀ ਉਹ ਛੱਡ ਦਿੰਦੇ ਸੀ ਵੀ ਚਲੋ ਕੋਈ ਨਹੀਂ, ਬੰਦੇ ਨੇ ਕਿਹੜਾ ਸੜਕ ਦੇ ਵਿਚਾਲੇ ਲਾ ਕੇ ਟ੍ਰੈਫਿਕ ਜਾਮ ਕੀਤਾ ਹੈਗਾ। ਸੰਘਰਸ਼ ਦਾ ਪ੍ਰੋਗਰਾਮ ਹੈ ਜੀ, ਦੇਖੋ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ, ਪੂਰਾ ਬਠਿੰਡਾ ਬੰਦ ਹੋਊਗਾ ਜੀ, ਅਤੇ ਬਹੁਤ ਵੱਡਾ ਇਕੱਠ ਫਾਇਰ ਬ੍ਰਿਗੇਡ ਚੌਂਕ ਮਾਲ ਰੋਡ ਦੇ ਉੱਤੇ ਜਿਹੜਾ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ, ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ। ਸਵੇਰੇ ਅਸੀਂ ਨਾਸ਼ਤੇ ਦਾ ਇੰਤਜ਼ਾਮ ਵੀ ਉੱਥੇ ਕੀਤਾ ਹੈਗਾ, ਅਤੇ ਉਸ ਤੋਂ ਬਾਅਦ ਜਿਹੜਾ ਲੰਗਰ ਹੈਗਾ ਲੰਗਰ ਵੀ ਚੱਲੂਗਾ, ਤਾਂ ਧਰਨੇ ਦੇ ਵਿੱਚ ਜਿਹੜੇ ਲੋਕ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਜਾਣਗੇ, ਉੱਥੇ ਲਗਾਤਾਰ ਉੱਥੇ ਜਿਹੜਾ ਧਰਨਾ ਜਾਰੀ ਰਹੂਗਾ ਸ਼ਾਮ ਨੂੰ 8 ਵਜੇ ਤੱਕ।